Merci mes amis. Merci. Merci beaucoup. ਕੈਨੇਡਾ ਦੀ ਸਿਆਸਤ ਦੇ ਵਿੱਚ ਭਾਰਤੀ ਮੂਲ ਦੇ ਸਿੱਖ ਜਗਮੀਤ ਸਿੰਘ ਦਾ ਅਹਿਮ ਰੋਲ ਹੈ। ਕੈਨੇਡਾ ਵਿਖੇ ਹੋਈਆਂ ਚੋਣਾਂ ਦੌਰਾਨ ਨਿਊ ਡੈਮੋਕ੍ਰੈਟਿਕ ਪਾਰਟੀ ਅਤੇ ਉਸਦੇ ਨੇਤਾ ਜਗਮੀਤ ਸਿੰਘ ਡਾਰਕ ਹਾਰਸ ਬਣ ਕੇ ਸਾਹਮਣੇ ਆਏ। ਹੁਣ ਤੁਹਾਨੂੰ ਦੱਸਦੇ ਹਾਂ ਜਗਮੀਤ ਸਿੰਘ ਬਾਰੇ। ਜਗਮੀਤ ਸਿੰਘ ਦਾ ਜਨਮ 2 ਜਨਵਰੀ 1979 ਨੂੰ ਕੈਨੇਡਾ ਦੇ ਸਕਾਰਬੋਰੋ 'ਚ ਹੋਇਆ। ਉਹਨਾਂ ਦੇ ਮਾਤਾ ਪਿਤਾ ਪੰਜਾਬ ਤੋਂ ਕੈਨੇਡਾ ਜਾ ਕੇ ਵੱਸ ਗਏ ਸਨ। 2001 ਵਿੱਚ ਜਗਮੀਤ ਸਿੰਘ ਨੇ ਯੂਨੀਵਰਸਿਟੀ ਆਫ ਵੈਸਟਰਨ ਓਨਟਾਰੀਓ ਤੋਂ ਬਾਇਓਲੋਜੀ ਵਿੱਚ BSc ਕੀਤੀ। ਉਸ ਤੋਂ ਬਾਅਦ ਉਹਨਾਂ ਨੇ ਲਾਅ ਦੀ ਡਿਗਰੀ ਲਈ। ਜਗਮੀਤ ਸਿੰਘ ਹਮੇਸ਼ਾ ਤੋਂ ਸ਼ਰਨਾਰਥੀਆਂ ਅਤੇ ਪ੍ਰਵਾਸੀਆਂ ਦੇ ਹੱਕ ਦੀ ਲੜਾਈ ਲੜਦੇ ਆ ਰਹੇ ਨੇ। ਰਾਜਨੀਤੀ ਦੀ ਸ਼ੁਰੂਆਤ ਉਹਨਾਂ ਨੇ ਆਪਣੇ ਕਾਲਜ ਦੇ ਦਿਨਾਂ ਤੋਂ ਹੀ ਕਰ ਲਈ ਸੀ। ਜਗਮੀਤ ਸਿੰਘ ਦਾ ਨਾਂ ਪਹਿਲੀ ਵਾਰ ਅਕਤੂਬਰ 2017 ਦੇ ਵਿੱਚ ਕੈਨੇਡਾ ਦੀ ਰਾਜਨੀਤੀ 'ਚ ਸੁਣਿਆ ਗਿਆ ਸੀ ਜਦੋਂ NDP ਦੇ ਨਵੇਂ ਨੇਤਾ ਬਣੇ। ਇਸ ਤੋਂ ਬਾਅਦ 2019 ਦੀਆਂ ਚੋਣਾਂ ਵਿੱਚ ਹਿੱਸਾ ਲੈਣ ਦਾ ਐਲਾਨ ਕਰਕੇ ਸੁਰਖੀਆਂ ਵਿੱਚ ਰਹਿਣ ਲੱਗੇ। ਜਗਮੀਤ ਸਿੰਘ ਨੂੰ ਕੈਨੇਡਾ ਵਿੱਚ ਕਈ ਵਾਰ ਨਸਲਵਾਦ ਦਾ ਸਾਹਮਣਾ ਵੀ ਕਰਨਾ ਪਿਆ ਕਿਉਂਕਿ ਉੱਥੋਂ ਦੇ ਵਸਨੀਕ ਜਗਮੀਤ ਸਿੰਘ ਦੇ ਰੰਗ 'ਤੇ ਟਿੱਪਣੀ ਕਰਦੇ ਸਨ। ਸਾਲ 2013 ਦੇ ਵਿੱਚ ਜਗਮੀਤ ਸਿੰਘ ਨੇ ਕੈਨੇਡਾ ਦੀ ਸੰਸਦ ਦੇ ਅੰਦਰ 84 ਦੇ ਦੰਗਿਆਂ ਦਾ ਮੁੱਦਾ ਚੁੱਕਿਆ ਜਿਸ ਕਾਰਨ ਉਹ ਕਾਫ਼ੀ ਸੁਰਖੀਆਂ ਦੇ ਵਿੱਚ ਰਹੇ ਅਤੇ ਇਸ ਦੇ ਕਾਰਨ ਹੀ UPA ਸਰਕਾਰ ਨੇ ਭਾਰਤ ਆਉਣ ਦਾ ਵੀਜ਼ਾ ਦੇਣ ਤੋਂ ਮਨਾ ਕਰ ਦਿੱਤਾ। They use their power and position to commit a barbaric act of genocide against their own citizens. ਜਗਮੀਤ ਸਿੰਘ ਸੋਸ਼ਲ ਮੀਡੀਆ ਤੇ ਬਹੁਤ ਐਕਟਿਵ ਨੇ। ਉਹਨਾਂ ਵੱਲੋਂ ਸੋਸ਼ਲ ਮੀਡੀਆ ਤੇ ਕਾਫੀ ਵੀਡੀਓਜ਼ ਅਪਲੋਡ ਕੀਤੀਆਂ ਗਈਆਂ ਨੇ ਜਿਸ ਵਿੱਚ ਉਹਨਾਂ ਨੇ ਨਸਲਵਾਦ ਦੇ ਖਿਲਾਫ ਗੱਲ ਕੀਤੀ ਹੈ। I like your beard. Thank you. I like yours too. Thank you. So I'm a social media guy. And if it doesn't happen on social media, it's like it never happened. Oh my God, don't get jealous. ਇਸ ਦੇ ਨਾਲ ਹੀ ਉਹਨਾਂ ਨੇ ਹੋਰਨਾਂ ਮੁੱਦਿਆਂ ਤੇ ਵੀ ਆਪਣੇ ਵਿਚਾਰ ਰੱਖੇ। ਜਗਮੀਤ ਸਿੰਘ ਮੁੱਕੇਬਾਜ਼ੀ ਤੇ ਮਾਰਸ਼ਲ ਆਰਟਸ ਦੇ ਮਾਹਿਰ ਨੇ ਅਤੇ ਆਪਣੇ ਆਪ ਨੂੰ ਫਿਟ ਰੱਖਣ ਦੇ ਲਈ ਸਾਈਕਲਿੰਗ ਵੀ ਕਰਦੇ ਨੇ। ਜਗਮੀਤ ਸਿੰਘ ਦੇ ਬੇਬਾਕ ਹੋ ਕੇ ਮੁੱਦਿਆਂ ਤੇ ਗੱਲ ਕਰਨ ਦੇ ਕਾਰਨ ਹੀ ਨੌਜਵਾਨ ਉਹਨਾਂ ਨੂੰ ਬੇਹੱਦ ਪਸੰਦ ਕਰਦੇ ਨੇ ਅਤੇ ਉਹ ਨੌਜਵਾਨ ਪੀੜ੍ਹੀ ਦੇ ਲਈ ਪ੍ਰੇਰਣਾ ਸਰੋਤ ਨੇ। ਉੱਥੇ ਜਗਮੀਤ ਸਿੰਘ ਨੇ ਕੁਝ ਹੀ ਸਮਾਂ ਪਹਿਲਾਂ ਫੈਸ਼ਨ ਡਿਜ਼ਾਈਨਰ ਗੁਰਕਿਰਨ ਕੌਰ ਦੇ ਨਾਲ ਵਿਆਹ ਰਚਾਇਆ। 40 ਸਾਲਾ ਜਗਮੀਤ ਸਿੰਘ ਅੰਗਰੇਜ਼ੀ ਦੇ ਨਾਲ ਨਾਲ ਫ੍ਰੈਂਚ ਤੇ ਪੰਜਾਬੀ ਭਾਸ਼ਾ ਦੇ ਵਿੱਚ ਮਾਹਿਰ ਨੇ। I speak French, Punjabi, I understand Hindi and Urdu. I fully support same-sex marriage. We need to have safe injection sites. We need to focus on harm reduction. Okay, so you got policy ideas, but do you know how to dance? I do. ਜਦੋਂ ਤੋਂ ਜਗਮੀਤ ਸਿੰਘ ਨੇ NDP ਦੀ ਵਾਗਡੋਰ ਸੰਭਾਲੀ ਹੈ ਉਸ ਸਮੇਂ ਤੋਂ ਹੀ ਇਸ ਪਾਰਟੀ ਦੇ ਆਧਾਰ ਦੇ ਵਿੱਚ 20% ਦਾ ਵਾਧਾ ਹੋਇਆ ਹੈ। ਇਸ ਵੇਲੇ ਦੇਸ਼ ਦੇ ਵਿੱਚ 3 ਨੰਬਰ ਦੀ ਸਭ ਤੋਂ ਵੱਡੀ ਕੈਨੇਡੀਅਨ ਪਾਰਟੀ ਹੈ। ਜਗਮੀਤ ਸਿੰਘ ਨੂੰ ਨੌਜਵਾਨ ਕਾਫੀ ਪਸੰਦ ਕਰਦੇ ਨੇ। ਬਿਊਰੋ ਰਿਪੋਰਟ, ਟਰੂ ਸਕੂਪ।